की नाम है तुहाडा जी और किन्नी उम्र है? मेरी उम्र हैगी है जी 65 साल। मैं गुरमीत सिंह आ। गुरमीत सिंह 65 साल दी उम्र दे विच तुसीं कदी सड़कां ते झोना लगदा वेखे? सारे इत्थे हिंदुस्तान दे विच सब कुछ ही सच आ जी, क्योंकि ज़्यादा कमेटी की आस विच बनदी नहीं। वो एक MLA इधर नूं तुरे आया, दूसरा उधर नूं तुरे आया, ते 3 साल हो गया कोई डिवेलपमेंट नहीं हल तीन हुई, ते ना ही हो रही है गांह, ते ना ही कोई आस आ। ਤੁਸੀਂ ਜ਼ਿਮੀਦਾਰ ਹੋ? ਹਾਂਜੀ। ਹਮੇਸ਼ਾ ਝੋਨਾ ਜਿਹੜਾ ਉਹ ਖੇਤਾਂ 'ਚ ਲੱਗਦਾ ਦੇਖਿਆ ਹੋਣਾ। ਹਾਂਜੀ ਹਾਂਜੀ। ਹੁਣ ਜਿਹੜਾ ਝੋਨਾ ਤੁਸੀਂ ਸੜਕਾਂ 'ਤੇ ਲਾ ਰਹੇ ਹੋ, ਇਹਦਾ ਕੀ ਕਾਰਨ ਹੈ ਔਰ ਇਦਾਂ ਦਾ ਪਹਿਲੇ ਕਦੀ ਨਹੀਂ ਵੇਖਿਆ, ਪਹਿਲੀ ਵਾਰੀ ਇਦਾਂ ਆਪਾਂ ਦੇਖ ਰਹੇ ਹਾਂ, ਕਾਰਨ ਕੀ ਰਿਹਾ? ਇਹਦਾ ਕਾਰਨ ਇਹੋ ਹੀ ਆ ਕਿ ਸੜਕਾਂ ਦੇ ਵਿੱਚ ਝੋਨੇ ਲਾਉਣ ਜੋਗੀਆਂ ਰਹਿ ਗਈਆਂ, ਲੰਘਣੇ ਲਈ ਤਾਂ ਜਗ੍ਹਾ ਹੈ ਨਹੀਂ ਗੀ, ਗੋਡੇ ਗੋਡੇ ਦਾ ਟੋਏ ਆ, ਗੋਡੇ ਗੋਡੇ ਪਾਣੀ ਆ, ਕਿੱਥੋਂ ਦੀ ਬੰਦਾ ਲੰਘੂਗਾ? ਹੋਰ ਕੀ ਲੋਕ ਕਹਿੰਦੇ ਆ ਵੀ ਝੋਨਾ ਹੀ ਲਾ ਦਿਓ, ਹੋਰ ਨਹੀਂ ਤਾਂ ਝੋਨਾ ਹੀ ਹੋ ਜਾਊਗਾ। ਨਵਜੋਤ ਵਰਦਾ ਜੀ। ਨਵਜੋਤ ਜੀ, ਕੀ ਇਹੋ ਜਿਹੀ ਲੋੜ ਪੈ ਗਈ ਸੀ ਕਿ ਸੜਕ ਤੇ ਜਿਹੜਾ ਝੋਨਾ ਲਾਇਆ ਗਿਆ ਇੱਥੇ? ਇਹ ਸ਼ਹਿਰ ਦੀ ਬੜੀ ਗੰਭੀਰ ਤਰਾਸਦੀ ਕਹਿ ਸਕਦੇ ਹਾਂ ਕਿ ਸਾਡੇ ਰਾਜਨੀਤਿਕ ਇਹਦਾ ਸ਼ਿਕਾਰ ਖੋ ਕੇ ਰਹਿ ਗਿਆ ਪੂਰਾ ਸ਼ਹਿਰ ਟਸਲਬਾਜੀ ਦਾ। ਦੋ ਤਰ੍ਹਾਂ ਦੀ ਟਸਲਬਾਜੀ 'ਚ ਸ਼ਹਿਰ ਦਾ ਵਿਕਾਸ ਕਿਵੇਂ ਹਾਸ਼ੀਏ 'ਤੇ ਪਹੁੰਚ ਜਾਂਦਾ, ਇਹ ਤੋਂ ਵੱਡੀ ਐਗਜ਼ਾਮਪਲ ਤੁਹਾਨੂੰ ਕਿਤੇ ਨਹੀਂ ਮਿਲਣੀ। ਸਾਡਾ ਕਿਸੇ ਦੇ ਨਾਲ ਨਿੱਜੀ ਰੰਜਿਸ਼ ਕਿਸੇ ਦੇ ਨਾਲ ਨਹੀਂ ਹੈਗੀ, ਦੋਨੋਂ ਤਰ੍ਹਾਂ ਸਾਡੇ ਲਈ ਉਨੀਆਂ ਮਾਣਯੋਗ ਆ, ਅਸੀਂ ਚੁਣ ਕੇ ਭੇਜਿਆ ਉਹਨਾਂ ਨੂੰ। ਬਟ ਪ੍ਰੋਬਲਮ ਇਹ ਹੈਗੀ ਆ, ਆਦਮਪੁਰ ਇੱਕ NRI ਹੱਬ ਹੈ ਔਰ ਬੜੇ ਲੋਕ ਉਮੀਦ ਦੇ ਨਾਲ ਇੱਥੇ ਆਉਂਦੇ ਆ ਕਿ ਉਸ ਲੈਵਲ ਦਾ ਇੱਥੇ ਵਿਕਾਸ ਹੋਇਆ ਹੋਣਾ, ਔਰ ਨੋ ਡਾਊਟ ਹੋਇਆ ਵੀ ਆ। ਬਟ ਰਾਜਨੀਤਿਕ ਉਹਦੇ ਸਮੀਕਰਨਾਂ ਦੇ ਚੱਲਦੇ ਹੋਏ ਸਾਰਾ ਵਿਕਾਸ ਖੂਹ ਖਾਤੇ ਪੈ ਗਿਆ। ਸਾਡੇ ਇਸ ਰੋਡ ਦੀ ਹਾਲਤ ਤੁਸੀਂ ਦੇਖ ਹੀ ਚੁੱਕੇ ਆ, ਠੀਕ ਹੈ। ਇੱਦਾਂ ਹੀ ਹੋਰ ਵੀ ਪ੍ਰੋਜੈਕਟ ਇੱਦਾਂ ਦੇ ਹੈਗੇ ਆ ਜਿਹੜੇ ਜਾਂ ਪਾਸ ਨਹੀਂ ਹੋ ਰਹੇ ਜਾਂ ਕੁਛ ਵੀ ਇਹਨਾਂ ਦੇ ਰੀਜ਼ਨ ਇੱਦਾਂ ਦੇ ਹੋ ਰਹੇ ਆ। ਤੁਸੀਂ ਆਦਮਪੁਰ ਦੀ ITI ਲੈ ਲਓ, ਉਹ ਨਹੀਂ ਚੱਲ ਸਕੀ ਸਿਰਫ ਰਾਜਨੀਤਿਕ ਸਮੀਕਰਨਾਂ ਕਰਕੇ। ਪਾਰਕ ਦੀ ਤੁਸੀਂ ਦੁਰਦਸ਼ਾ ਦੇਖ ਲਓ ਜਾ ਕੇ, ਇੱਥੇ ਦੀ ਜਿਹੜੀ ਡਰੇਨ ਆ ਕੱਚੀ ਆ, ਕੈਂਸਰ ਵੱਧ ਰਿਹਾ ਸ਼ਹਿਰ 'ਚ, ਉਹ ਕੋਈ ਨੋਬਡੀ ਇਜ਼ ਆਸਕਿੰਗ ਅਬਾਊਟ ਦੈਟ। ਜੇ ਤੁਸੀਂ ਰੀਚਾਰਜਿੰਗ ਵੈਲ ਦੀ ਕਰੋ, ਉਹ ਤੁਹਾਡੀ ਤੁਹਾਨੂੰ ਖਿਆਲੀ ਬਲਾਓ ਸਮਝਿਆ ਜਾਊਗਾ, ਠੀਕ ਹੈ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੇ ਬੇਸਿਕ ਜਿਹੜੇ ਵਿਕਾਸ ਹੈਗੇ ਆ, ਉਹ ਸਾਡੇ ਸਿਰਫ ਖੂਹ ਖਤੇ ਇਸ ਵਕਤ ਬੜੇ ਸਮਝਦਾਰ ਬੰਦੇ ਹੈਗੇ ਆ ਜਿਹੜੇ ਸਾਡੇ ਗਏ ਆ, ਸਾਨੂੰ ਉਹਨਾਂ ਦੀ ਸਮਝ 'ਤੇ ਪੂਰਾ ਭਰੋਸਾ ਆ। ਬਟ ਫਿਰ ਵੀ ਆਸ ਕਰਦੇ ਹਾਂ ਕਿ ਇੱਦਾਂ ਦੀਆਂ ਹਰਕਤਾਂ ਕਰਕੇ ਸ਼ਹਿਰ ਘੱਟੋ ਘੱਟ ਹਾਸ਼ੀ 'ਤੇ ਨਾ ਜਾਵੇ, ਇਹਨੂੰ ਥੋੜ੍ਹਾ ਜਿਹਾ ਵਿਕਸਿਤ ਸ਼ਹਿਰ ਬਣਾਉਣ 'ਚ ਸਾਰੇ ਭਰਾ ਆਪਣੇ ਯੋਗਦਾਨ ਪਾਉਣ। ਸੋਹਣਾ ਸੁਨੇਖਾ ਕਰਨ, ਥੈਂਕ ਯੂ ਵੈਰੀ ਮਚ। ਮੇਰਾ ਨਾਮ ਸਿਮਰਜੀਤ ਸਿੰਘ, ਮੈਂ ਇੱਥੇ ਲੋਕ ਦਾ ਰਹਿਣ ਵਾਲਾ ਇੱਥੇ ਸਰ, ਇਸ ਏਰੀਏ ਦੇ ਵਿੱਚ। ਕੀ ਲੋੜ ਪੈ ਗਈ ਇੱਦਾਂ ਦੀ ਕਿ ਸੜਕ 'ਤੇ ਝੋਨਾ ਲਾਉਣਾ ਪੈ ਗਿਆ? ਸਰ ਪਿਛਲੇ ਕਈ ਅਰਾਊਂਡ 3 ਸਾਲ ਤੋਂ ਅਸੀਂ ਇਹ ਸੜਕ ਬਣਾਉਣ ਬਾਰੇ ਅਸੀਂ ਕਹਿ ਰਹੇ ਹਾਂ ਸਰ, ਅਤੇ 3 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਸੜਕ ਨਹੀਂ ਬਣ ਰਹੀ ਸਰ, ਜਦਕਿ ਇਹਦੇ 'ਤੇ ਉੱਤੇ ਸ਼ਿਵਪੁਰੀ, ਸ਼ਮਸ਼ਾਨ ਘਾਟ, ਮੰਦਿਰ, ਅੱਗੇ ਰਾਮਗੜੀਆ ਕਾਲਜ ਆ ਸਰ, ਅੱਗੇ ਕਈ ਬਿਜ਼ਨਸ ਵਾਲੇ ਵੀ ਬੰਦੇ ਬੈਠੇ ਆ, ਅਤੇ ਅੱਗੇ ਜਾ ਕੇ ਫਿਰ ITI ਵੀ ਚਲੋ ਹੈਗਾ, ਸਟੇਡੀਅਮ ਵੀ ਹੈਗਾ ਇੱਥੇ, ਡੇਲੀ ਦਾ ਆਉਣਾ ਜਾਣਾ ਬੱਚਿਆਂ ਦਾ ਇੱਥੇ ਸਵੇਰੇ ਸ਼ਾਮ ਆਉਂਦੇ ਆ। ਅਸੀਂ ਇਹ ਸੜਕ ਦਾ ਕਿਹਾ ਸੀ ਵੀ ਇਹ ਸੜਕ ਵੀ ਤੁਸੀਂ ਪ੍ਰਾਈਵੇਟ ਬੇਸ 'ਤੇ ਬਣਾ ਦਿਉ, ਚਲੋ ਠੀਕ ਆ, ਮੰਨ ਲਿਆ ਵੀ ਸੀਵਰੇਜ ਵਾਲਿਆਂ ਨੇ ਕਿਸੇ ਨੇ ਪੱਟੀ ਆ, ਉਹ ਵੀ ਤੁਹਾਡੇ ਅੰਡਰ ਹੀ ਆ। ਇਹ ਨਈ ਸੜਕ ਬਣਾਉਣ ਦੇ ਬਾਅਦ ਸਾਨੂੰ ਫਿਰ ਇਹ ਸਾਨੂੰ ਝੋਲਾ ਲਾਉਣਾ ਪਿਆ ਇੱਥੇ ਸਾਨੂੰ, ਪਰ ਪ੍ਰਸ਼ਾਸਨ ਇਸ ਜਿਹੜੀ ਸੁੱਤੀ ਨੀਂਦ ਆ ਉਹਨੂੰ ਜਾਗੇ, ਇਹਨੂੰ ਦੇਖੇ ਵੀ ਇੱਥੇ ਕੀ ਹਾਲਾਤ ਬਣੇ ਹੋਏ ਨੇ। ਸਿੰਘ ਜੀ, ਹਰਦੀਪ ਜੀ, ਕੀ ਤੁਹਾਨੂੰ ਸੜਕ ਦੇ ਕਾਰਨ? ਇੱਕ ਤੋਂ ਮੌਸਮ ਕਰਕੇ ਜ਼ਿਆਦਾ ਖਰਾਬ ਹੋਈ ਹੈ ਸੜਕ, ਜ਼ਿਆਦਾ ਇਹ ਸਿਵਰੇਜ ਸਾਡੇ ਸ਼ਹਿਰ 'ਚ ਪਿਆ ਸੀਗਾ, ਕਰੀਬ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਕੰਮ ਇਹ ਸਿਵਰੇਜ ਦਾ। ਸੜਕ ਬਹੁਤ ਸੋਹਣੀ ਬਣੀ ਹੋਈ ਸੀ ਸਿਵਰੇਜ ਕਰਕੇ, ਚਲੋ ਪਟਪਟਾਈ ਹੋਇਆ ਸਿਵਰੇਜ ਦੁਆਰਾ ਪਾਇਆ ਗਿਆ, ਅਤੇ ਸਾਨੂੰ ਇਹ ਕਿਹਾ ਕਿ ਸਿਵਰੇਜ ਵਾਲੇ ਦੁਆਰਾ ਸੜਕ ਬਣਾਉਣਗੇ, ਉਹੀ ਸੜਕ ਬਣਾਉਣਗੇ। ਇਹ 2-3 ਸਾਲ ਸਾਨੂੰ ਇੱਦਾਂ ਕਹਿ ਕੇ ਸਾਨੂੰ ਕਮੇਟੀਆਂ ਨੇ ਉਤਾਰਤਾ। ਹੁਣ ਸਿਵਰੇਜ ਪੈਣ ਤੋਂ ਬਾਅਦ ਘੱਟੋ ਘੱਟ 6 ਮਹੀਨੇ ਜਾਂ ਸਾਲ ਵੇਟ ਕਰ ਸਕਦੇ, ਉਹ ਤੋਂ ਬਾਅਦ ਸੜਕ ਪੈਣੀ ਚਾਹੀਦੀ ਸੀ। ਹੁਣ ਇਹਦੇ ਪਿੱਛੇ ਕੀ ਪੋਲੀਟਿਕਸ ਹੈਗੀ ਇਹਨਾਂ ਦੀ, ਜਾਂ ਫੰਡਸ ਨਹੀਂ ਉਹਨਾਂ ਨੂੰ ਆਏ ਰਿਲੀਜ਼ ਕੀਤੇ, ਜਾਂ ਕੁਛ ਵੀ ਹੋਇਆ, ਇਹਨੇ 3 ਸਾਲ ਕਿਉਂ ਲਾਏ? ਹੁਣ ਬਰਸਾਤ ਦੇ ਮੌਸਮ 'ਚ ਸਾਨੂੰ ਸੁਣ 'ਚ ਆਇਆ ਕਿ ਹੁਣ ਫੰਡਸ ਕੋਲ ਰਿਲੀਜ਼ ਹੋਇਆ, ਕਮੇਟੀ ਨੂੰ ਕੋਈ ਡਾਇਰੈਕਟ ਉਹਨਾਂ ਨੂੰ ਫੰਡਸ ਆਏ ਆ, ਜਿਹਨਾਂ ਸੜਕਾਂ ਇੱਕ ਹਰੀਪੁਰ ਸੜਕ ਆਦਮਪੁਰ ਤੋਂ ਹਰੀਪੁਰ, ਇੱਕ ਆਦੀ ਆਹ ਸਿਵਰ ਸ਼ਿਵਪੁਰੀ ਰੋਡ ਹੈਗੀ ਆ, ਇਹ ਦੋਨੇ ਸੜਕਾਂ ਤਿਆਰ ਹੋਣੀਆਂ, ਕੁਛ ਫੰਡਸ ਹੁਣ ਆਏ ਨਵੇਂ। ਬਟ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬਰਸਾਤ ਦੇ ਮੌਸਮ 'ਚ ਇਹਨੂੰ ਫੰਡਸ ਜ਼ਿਆਦਾ ਆਇਆ, ਕਿ ਬਰਸਾਤ ਦੇ ਮੌਸਮ 'ਚ ਸੜਕ ਅਸੀਂ ਬਣਾਉਣੀ ਹੈਗੀ ਆ, ਉਹ ਪੈਸਾ ਕਿਹਦਾ ਜਿਹੜਾ ਲੱਗੇਗਾ ਜਿਹੜਾ ਅਸੀਂ ਇਹ ਹੁਣ ਬਰਸਾਤ ਦੇ ਮੌਸਮ ਸੜਕ ਬਣਾਉਣਗੇ? ਇਹ ਉਹ ਜਨਤਾ ਦਾ ਪੈਸਾ, ਜਨਤਾ ਦੇ ਦਿੱਤਾ ਟੈਕਸ ਦਾ ਪੈਸਾ ਆ, ਇਹ ਹੁਣ ਸੜਕ ਇਸ ਟਾਈਮ 'ਤੇ ਬਣਾਉਣਗੇ, ਇਹ ਕਿੰਨੇ ਸਾਲ ਕੱਢੇਗੀ? ਸਾਡੇ ਇੱਥੇ FCI ਹੈਗੀ, ਗੋਦਾਮ ਹੈਗੇ ਆ, ਟਰੱਕਾਂ ਦਾ ਆਵਾਜਾਈ ਇੱਥੇ ਜ਼ਿਆਦਾ ਰਹਿੰਦੀ ਆ, ਲੋਡ ਹੋ ਕੇ ਜਾਂਦੇ ਆ ਇੱਥੋਂ, ਲੋਡ ਅਨਲੋਡਿੰਗ ਹੁੰਦੀ ਆ। ਇਹ ਸੜਕ ਸਾਨੂੰ ਮਜ਼ਬੂਤ ਸੜਕ ਚਾਹੀਦੀ ਹੈਗੀ ਆ। ਹੁਣ ਬਰਸਾਤ ਦੇ ਮੌਸਮ 'ਚ ਜੇ ਆਪਣਾ ਇਹ ਮਤਾ ਪਾਸ ਕਰਦੇ ਵੀ ਆ, ਤਾਂ ਸਾਨੂੰ ਨਹੀਂ ਲੱਗਦਾ ਇਹ ਸੜਕ ਜ਼ਿਆਦਾ ਟਾਈਮ ਕੱਢੇਗੀ।
तो इस करके कमेटी अगे बेनती आ कि जिहड़े काम करने होश विच करन ते नाले रल मिल के कंध चुक के जनता का भला हो सके कुछ। ठीक है, थैंक यू।